ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਛੇੜੀ ਮੁਹਿੰਮ ਦੇ ਤਹਿਤ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕੀਤਾ ਹੈ ਉਸਦੇ ਤਹਿਤ ਅੱਜ 40 ਬੈੱਡ ਲੁਧਿਆਣਾ ਦੇ ਸਿਵਲ ਹਸਪਤਾਲ ਨੂੰ ਦਿੱਤੇ ਗਏ ਅਤੇ ਕੋਈ NGO ਜੇਕਰ ਸਾਡੇ ਨਾਲ ਜੁੜਨਾ ਚਾਹੁੰਦੀ ਹੈ ਤਾਂ ਉਹ ਸਾਡੇ ਨਾਲ ਜੁੜ ਸਕਦੀ ਹੈ। ਉੱਧਰ ਹੀ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਡਾਕਟਰ ਦੀ ਕਮੀ ਤਾਂ ਜ਼ਰੂਰ ਹੈ ਲੇਕਿਨ ਜਿਸਦੇ ਤਹਿਤ ਕੋਟਾ ਪੂਰਾ ਕੀਤਾ ਜਾ ਰਿਹਾ ਹੈ ਜਿਸ ਵਿੱਚ 100 ਡਾਕਟਰ ਜ਼ਿਲ੍ਹਾ ਸਤਰ ਲਈ ਜਾ ਰਹੇ ਹਨ ਅਤੇ 90 ਡਾਕਟਰ ਜ਼ਿਲ੍ਹਾ ਪਰਿਸ਼ਦ ਲਈ ਜਾ ਰਹੇ ਹਨ। ANM ਅਤੇ GNM ਦੀ ਵੀ ਪੋਸਟ ਛੇਤੀ ਹੀ ਭਰ ਦਿੱਤੀ ਜਾਵੇ। ਸਾਰੇ NGOs ਔਰ ਪ੍ਰਾਈਵੇਟ ਜਿੰਨੇ ਲੋਕ ਵੀ ਸੋਸਾਇਟੀ ਦਾ ਕੋਈ ਵੀ ਅੰਗ ਸੋਸਾਇਟੀ ਦੇ ਕੋਈ ਵੀ ਲੋਕ ਇਸ ਡਰੱਗ ਦੀ ਕੈਂਪੇਨ ਸਾਡੇ ਨਾਲ ਲੱਗਣਾ ਚਾਹੁੰਦੇ ਨੇ ਅੱਗੇ ਵੱਧ ਕੇ ਲੱਗਣ ਵੀ ਸਭ ਨੂੰ ਵੈਲਕਮ ਕਰਦੇ ਨੇ। ਸੈਂਟਰ ਕਰਦੇ ਕਿੰਨੇ ਕੁ ਯੂਆ ਜਿਹੜੇ ਬਾਹਰ ਹੋ ਗਏ ਨੇ ਇਸ ਨਸ਼ੇ ਤੋਂ ਜਿਹੜਾ ਡਾਟਾ ਕੁਛ ਡਾਟਾ ਇਸ ਵੇਲੇ ਤਾਂ ਨਹੀਂ ਆਫ ਹੈਂਡ ਮੈਂ ਦੇ ਸਕਦਾ ਪਰ ਬਹੁਤ ਸਕਸੈਸ ਆ ਰਹੀ ਹੈ। ਸਟਾਫ ਦਾ ਕਰੰਚ ਬਹੁਤ ਹੈ ਇਸ ਲਈ ਸਰਕਾਰ 10 ਸਾਲਾਂ ਦੇ ਵਿੱਚ ਸਟਾਫ ਭਰਤੀ ਕਰਕੇ ਗਈ। ਅਸੀਂ ਹੁਣ 306 ਡਾਕਟਰਸ ਮੇਰੇ ਪਬਲਿਕ ਸਰਵਿਸ ਕਮਿਸ਼ਨ ਤੋਂ ਆ ਰਹੇ ਨੇ, 92 ਡਾਕਟਰ ਮੇਰੇ ਕੋਲ ਰੂਰਲ ਡਿਵੈਲਪਮੈਂਟ ਹੈ ਉਹਦੇ ਜ਼ਿਲ੍ਹਾ ਪਰਿਸ਼ਦ ਦੇ ਡਾਕਟਰ ਜਿਨ੍ਹਾਂ ਨੂੰ ਕਹਿ ਰਹੇ ਹਾਂ ਉਹ ਆ ਰਹੇ ਨੇ, ਔਰ 200 ਮੇਰੇ ਕੋਲ ਸਪੈਸ਼ਲਿਸਟ ਰਿਕਰੂਟ ਹੋ ਚੁੱਕਾ ਹੈ ਵਾਕ ਇਨ ਇੰਟਰਵਿਊ 'ਚ, ਔਰ ਇਹ ਜਿਸ ਵੇਲੇ ਸਾਰੀ ਸਟਰੈਂਥ ਮੇਰੇ ਕੋਲ ਹੋ ਜਾਏਗੀ ਬਾਈ ਐਂਡ ਆਫ ਸਪਟੰਬਰ ਪੰਜਾਬ ਦੇ ਸਾਰੇ ਹੋਸਪਿਟਲ ਐਡੀਕੁਏਟ ਹੋਣਗੇ ਡਾਕਟਰਸ ਨਾਲ। ਉਹਦੇ ਨਾਲ ਨਾਲ ਹੁਣ ਮੈਂ ਪੈਰਾਮੈਡੀਕਲ ਸਟਾਫ, ਸਟਾਫ ਨਰਸਿਸ, ANM, GNM ਸਾਰੇ ਨਾਲ ਨਾਲ ਭਰਤੀ ਹੋਣਗੇ। ਔਰ ਟਾਈਮ ਲਿਮਿਟ ਹੈ ਜੀ, ਪਿਛਲੇ ਸਾਲ ਹਾਲਾਤ ਹੋਰ ਸੀਗੇ, ਫਾਈਨੈਂਸ਼ੀਅਲ ਕਰੰਸੀ, ਨਾਓ ਵਰਕਿੰਗ, ਆਮ ਸਟੱਡਿੰਗ, ਆਮ ਵਰਕਿੰਗ ਹਾਰਡ ਔਨ ਇਟ, ਐਂਡ ਆਫ ਸਪਟੰਬਰ ਇਜ਼ ਦ ਟਾਈਮ ਲਿਮਿਟ। ਹੁਣ ਦੇਖਣਾ ਇਹ ਹੈ ਕਿ ਬ੍ਰਹਮ ਮਹਿੰਦਰ ਦੇ ਇਸ ਦੌਰੇ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਕੇਅਰ ਹੋ ਪਾਵੇਗੀ ਅਤੇ ਜੋ ਨਸ਼ੇ ਵਾਲੇ ਵਿਅਕਤੀ ਹਨ ਕੀ ਉਹਨਾਂ ਦੀ ਦੇਖਭਾਲ ਸਹੀ ਤਰੀਕੇ ਨਾਲ ਕੀਤੀ ਜਾਂਦੀ ਹੈ ਜਾਂ ਨਹੀਂ। ਲੁਧਿਆਣਾ ਤੋਂ ਅਹਿਮਦ ਦੀ ਰਿਪੋਰਟ, ਬ੍ਰੇਕਿੰਗ ਨਿਊਜ਼ ਪੰਜਾਬ।